ਪਾਕਿਸਤਾਨ ਦੀ ਟੀਮ ਦੀ ਫਸਲ ਵੱਜ ਗਈ ਆ। ਦੂਸਰਾ ਸਮੀ ਫਾਈਨਲ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਅਗਲੇ ਪਾਸੇ ਹਸਨੈਨ ਕਬੱਡੀ ਪਾ ਰਿਹਾ, ਮੰਨੇ ਪਰਵੰਨੇ ਚਾਰ, ਚਾਰੋਂ ਦੇ ਚਾਰੋਂ ਤਿਆਰ। ਔਰ ਚਿੱਟੇ ਰੰਗ ਦੀ ਨਿੱਕਰ ਪਾਈ ਹੋਈ ਆ, ਮੋਟਾ ਬਣਾਇਆ ਹੋਇਆ ਜਹੇ ਸਵੈਰ ਜਹਾਨ ਦੇ ਨਾਲ ਟੱਕਰ। ਪਰ ਨੰਬਰ ਹੋ ਗਿਆ ਇਸ ਟਾਈਮ ਰੇਡਰ ਦੇ ਖਾਤੇ, ਨੰਬਰ ਹੋ ਗਿਆ ਮਲਕ ਹਸਨੈਨ ਦੇ ਖਾਤੇ। ਚੱਲ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਹਲਕੇ ਹਲਕੇ ਕਰਮੀ ਚਾਰਾਂ ਜਾਫੀਆਂ ਦੇ ਵਿਚਾਲੇ ਵਧਿਆ। ਨੀਲਾ ਨਾਮ ਹੈ ਔਰ ਰੰਗ ਤਾਂ ਕਹਿੰਦੇ ਥੋੜਾ ਚਿੱਟਾ ਹੈ, ਪਰ ਪਿਆਰ ਨਾਲ ਦੁਨੀਆ ਨੀਲਾ ਨੀਲਾ ਕਹਿੰਦੀ ਹੈ। ਸਾਹਮਣੇ ਕੋਟੀ ਪੈਂਦੀ ਹੈ, ਦੁਨੀਆ ਕਹਿੰਦੀ ਹੈ ਕਿ ਘੱਟ ਹੀ ਜਫੇ ਲੱਗਦੇ ਯਾਰ। ਔਰ ਚੋਟੀ ਦੀਆਂ ਮੱਲਾਂ ਨੂੰ ਬੱਕਰੀ ਬਦਾਮ ਖਾ ਕੇ, ਉਹ ਮੱਲ ਨਹੀਂ ਬਣੀ, ਥੋੜਾ ਜਿਹਾ ਠਹਿਰ ਕੇ ਬਣਾ ਕੇ ਛੱਡਾਂਗੇ। ਜਿਹੜੇ ਕਹਿੰਦੇ ਹਾਲੇ ਤੇਰੀ ਗੱਲ ਨਹੀਂ ਬਣੀ, ਚੂੜਾ ਲੱਗਾ ਜਿਵੇਂ ਦੰਦ ਨੂੰ ਕੀੜਾ ਲੱਗਾ। ਆਓ ਜਾਫੀ ਇੰਜ ਦਾ ਚੂੜਾ ਲੱਗਾ ਜਿਵੇਂ ਦੰਦ ਨੂੰ ਕੀੜਾ ਲੱਗਦਾ। ਆਓ ਕਹਿੰਦੇ ਭਰ ਲਈ ਬਗਲ, ਮਾਰ ਲਈ ਕੰਜੀ। ਪਰ ਮੁੰਡੇ ਨੇ ਕਹਿੰਦੇ ਕੱਢ ਕੇ ਬਾਹਰ ਮਾਰਿਆ। ਇਹ ਹੈ ਮੇਰੇ ਮਿੱਤਰੋ ਨੀਲਾ, ਇਸ ਟਾਈਮ ਆਪਣੀ ਟੀਮ ਦੇ ਵਾਸਤੇ ਕਰ ਗਿਆ ਪੁਆਇੰਟ ਦਾ ਵਾਧਾ। ਚੱਲ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੰਦਾ ਫਿਰ ਹਲਕੇ ਹਲਕੇ ਕਬੱਡੀ ਚਾਰਾਂ ਜਾਫੀਆਂ ਦੇ ਵਿਚਾਲੇ ਵਧਿਆ। ਤੇ ਬਾਪੂ ਆਓ ਦਾਰੂ ਸ਼ਾਰੂ ਆਈ ਲੋ ਆਈ ਛੱਡੀ, ਤੂੰ ਮੱਝ ਕਿਲੇ ਹੋਰ ਵਰਦੇ, ਤੈਨੂੰ ਖੇਡ ਕੇ ਵਿਖਾਉਂਦਾ ਕਬੱਡੀ। ਇਸ ਤਾਂ ਬੱਲੇ ਬੱਲੇ ਕਰਵਾਉਣ ਦਿਆ ਮੁੰਡਾ, ਜਾਫੀ ਚਾਰ ਚਾਰੋ ਵਾਰ ਪਿਆਰ। ਬੱਲੇ 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 ਅਲੀ ਖਾਨਾ ਟੱਕਰ ਪੱਟ ਜੀਆ, ਬੱਜ ਗਈ ਕੰਜੀ। ਆਓ ਪਰ ਉਸਤਾਦ ਨਦੀਮ ਸਾਹਿਬ ਦੀ ਪਿਛਲੇ ਇਸ਼ਾਰੇ ਕੀ ਕਰੇਗੀ, ਕੀ ਡਿਸੀਜ਼ਨ ਕਰੇਗੀ ਕਿ ਨੰਬਰ ਹੋਇਆ ਉਸ ਟਾਈਮ ਜਾਫੀ ਦੇ ਖਾਤੇ। ਨੰਬਰ ਹੋ ਗਿਆ ਰੇਡਰ ਦੇ ਖਾਤੇ, ਨੰਬਰ ਇਸ ਟਾਈਮ ਧਾਵੀ ਦੇ ਖਾਤੇ ਜਾ ਜੁੜਿਆ। ਚੱਲ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਹਲਕੇ ਹਲਕੇ ਕਦਮੀ ਵਧਿਆ ਹੋਇਆ। ਜੇ ਗੱਲ ਕੀਤੀ ਜਾਵੇ ਕਮਰ ਬੱਟ ਦੀ, ਬਾਲਾ ਤਗੜਾ ਖੇਡਦਾ, ਪਰ ਆਵੀ ਕਦੇ ਕਮਰ ਕਿਸੇ ਤੋਂ ਘੱਟ ਨਹੀਂ। ਇਹ ਕਮਰ ਕਬੱਡੀ ਪਾ ਰਿਹਾ ਬੱਲੇ ਬੱਲੇ ਬੱਲੇ, ਪਰ ਮੁੰਡਾ ਕਹਿੰਦਾ ਹੱਟ ਪਿੱਛੇ। ਹੋ ਮਿੱਤਰਾਂ ਦੀ ਮੁੱਛ ਦਾ ਸਵਾਰ ਹੈ, ਮਤਲਬ ਹਸਨੈਨ ਦੀ ਕਬੱਡੀ ਹੈ, ਜਾਫੀ ਚਾਰ ਹੈ, ਚਾਰੋ ਵਰ ਤਿਆਰ ਹੈ। ਤੇ ਇਹਨਾਂ ਪ੍ਰਮੋਟਰਾਂ ਕਰਕੇ ਹੀ ਆਹ ਖੇਡੀ ਜਾਵੇ ਕਬੱਡੀ, ਹਾਲਾ ਸ਼ੇਰੀ ਸ਼ਾਬਾ ਸ਼ੇਰੀ ਬਣ ਜਾਂਦੀ ਗੱਲ ਵੱਡੀ। ਮਾਨਦਾਨ ਤੇ ਰੁਤਬੇ ਬਖਸ਼ਣ, ਆਹ ਦਿਲ ਦਰਿਆਵਾਂ ਵਰਗੇ ਰਾਜੇ ਖੇਡੇ। ਔਰ ਆਖਰ ਪੰਜਾਬੀ ਹੌਸਲਾ ਸ਼ੇਰਾਂ ਵਰਗਾ, ਹੌਸਲਾ ਸ਼ੇਰਾਂ ਵਰਗਾ ਇਸ ਟਾਈਮ ਪੰਜਾਬੀਆਂ ਦਾ ਮਹਿਬੂਬ ਖੇਡ ਕਬੱਡੀ ਦਾ ਸੱਜਿਆ ਹੋਇਆ ਇਮਟ, ਫੱਬਿਆ ਹੋਇਆ ਇਮਟ। ਇਸ ਟਾਈਮ ਕਹਿੰਦੇ 170 ਕਦਰੋਂ ਵਾਲੀ ਧਰਤੀ ਦੇ ਉੱਤੇ ਉਸਤਾਦ ਨਦੀਮ ਸਾਹਿਬ ਦੇ ਪਿੰਡ ਮੇਲਾ ਸੱਜਿਆ। ਰੌਣਕਾਂ ਵੱਖਰੀਆਂ, ਅਗਲੇ ਪਾਸੇ ਕਬੱਡੀ ਨੀਲਾ ਪਾ ਰਿਹਾ, ਦਿਲ ਦੇ ਬੰਨੇ ਸੁੱਖਾਂ ਦੀ ਤਵੀਤੜੀ ਆ। ਪਰ ਮੁੰਡੇ ਨੇ ਧਰ ਲਿਆ ਲੱਕ, ਬਹਿ ਗਿਆ ਉੱਤੇ, ਉਹ ਮਾਰ ਲਿਆ ਰੋਕੜੀਆ ਤਲ, ਹੁੰਦੀ ਹੋਈ ਲਾਲਾ ਲਾਲਾ ਕਮਾਲ ਅੱਤ ਸਿਰਾ ਐਂਡ। ਉਹ ਬਾਈ ਜੀ ਇੱਕ ਵਾਰੀ ਵਧੀਆ ਲੱਗੀ ਖੇਡ ਤਾਂ ਤਾੜੀ ਮਾਰ ਦਿਓ, ਤਾੜੀ ਤੇ ਕੋਈ ਨੀ ਪਾਉਂਦੀ, ਖਾਤੇ ਮੁੰਡਾ ਜੋੜਦਾ ਹੋਇਆ ਪਿੱਛੇ ਰਹਿ ਕੇ। ਲਓ ਇਸ ਸਮੇਂ ਫਿਰ ਮੁੰਡਾ ਕਬੱਡੀ ਪਾਉਣ ਦੇ ਵਾਸਤੇ ਵਧਿਆ, ਜਾਫੀ ਚਾਰ ਤਿਆਰ ਓਵਰ ਤਿਆਰ ਮੇਰੇ ਮਿੱਤਰੋ। ਅਗਲੇ ਪਾਸੇ ਆਓ ਗੱਲ ਕੀ ਬਣਦੀ ਹੈ, ਆਹ ਬੱਲੇ 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 ਬੱਲੇ, ਗੱਡੀ ਵਾਲਾ ਗੱਭਰੂ ਟੁੱਟ ਕੇ ਲੱਗਿਆ ਨਿੱਕਾ ਕਦਕਾ ਦਾ। ਪਰ ਆਓ ਮੁੰਡੇ ਦੇ ਕੰਮ ਵੱਡੇ ਆ, ਨਿੱਕਾ ਕਦਕਾ ਦਾ ਮੁੰਡੇ ਦੇ ਕੰਮ ਵੱਡੇ ਆ। ਅਗਲੇ ਪਾਸੇ ਕਬੱਡੀ ਪਾਉਣ ਦੇ ਵਾਸਤੇ ਫਿਰ ਮੁੰਡਾ ਹਲਕੇ ਹਲਕੇ ਕਦਮੀ, ਆਓ ਕਮਰ ਵਧਿਆ ਹੋਇਆ, ਆਓ ਕਮਰ ਕੁਛ ਕਰਨਾ ਪੈਣਾ, ਦੁਨੀਆ ਦੇ ਮੇਲਾ ਚੱਲਦਾ, ਮੇਲਾ ਲਾਈਵ ਚੱਲਦਾ। ਅਗਲੇ ਪਾਸੇ ਕਮਰ ਕਹਿੰਦੇ ਭਾਈਦਾ ਦੌੜਦਾ ਦਾਜਾਂ ਦਿੰਦਾ, ਜਾਫੀ ਵੀ ਚੂੜਾ ਔਰ ਰੇਡਰ ਵੀ ਖਤਰਨਾਕ ਆ, ਤੇਜ਼ ਆ ਤਰਾਰ ਆ।
ਨੰਬਰ ਇਸ ਟਾਈਮ ਰੇਟਰ ਦੇ ਖਾਤੇ ਜਾ ਰਿਹਾ। ਸਫਲਤਾ ਇਸ ਟਾਈਮ ਧਾਵੀ ਦੇ ਦਿਨ ਚਾਹੁੰਦੀ ਆ, ਧਾਵੀ ਦੇ ਦਿਨ ਚਾਹੁੰਦੀ ਆ। ਚੱਲ ਵੀ ਅਗਲੇ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਫਿਰ ਹਲਕੇ ਹਲਕੇ ਕਦਮੀ ਵਧਿਆ ਹੋਇਆ। ਇਹ ਅੱਜ ਦੇ ਮਲਕ ਹਸਨੈਨ ਤੇ ਜਿਹੜੇ ਖੇਡਦੇ ਕਬੱਡੀ ਉਹ ਸਟਾਰ ਬਣ ਜਾਂਦੇ ਨੇ, ਜੋ ਨਸ਼ਿਆਂ ਤੇ ਲੱਗੇ ਉਹ ਵੀ ਕਾਰ ਬਣ ਜਾਂਦੇ ਨੇ। ਰਲ ਕੇ ਜੇ ਖੇਡ ਖੇਡੀ ਖੇਡਦੀਆਂ ਹੁੰਦੀ ਸੱਚੀ ਉਹ ਬਣਦਾ ਹਵਾਰ ਬਣ ਜਾਂਦੇ ਨੇ। ਹੋਵੇ ਜਿਹੜਾ ਪੈਸਾ ਕੋਈ ਯਾਰ ਨਹੀਂ ਬਣਦਾ, ਹੋਵੇ ਜੇ ਪੈਸਾ ਮਨਜੀਤ ਲੱਖਾਂ ਯਾਰ ਬਣ ਜਾਂਦੇ ਨੇ। ਗਦਾਰ ਜਹਾਨ ਗਦਾਰ ਜਹਾਨ ਆਪਣੀ ਟੀਮ ਦੇ ਵਾਸਤੇ ਇੱਕ ਲੱਖਾਂ ਦੇ ਪਾਰ ਦਾ ਕਰ ਗਿਆ ਵਾਧਾ। ਗਦਾਰ ਜਹਾਨ ਹਸਨ ਮਲਕ ਹਸਨੈਨ ਨੂੰ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਵਾਧਾ ਕਰਦਾ ਹੋਇਆ ਇਧਰਲੇ ਪਾਸੇ ਰਹਿਣਾ ਅਹਿਮਦ। ਗੱਲ ਕੀਤੀ ਜਾਵੇ ਪੀਰ ਮਹੱਲਾ ਦੇ ਰਾਣੇ ਅਹਿਮਦ ਜੀ ਫਿਰ ਹਰ ਦਿਲ ਦੇ ਕਦਮੀ ਵਧਿਆ। ਭਾਵਾ ਸਰੀਰ ਹੈ ਸੁਪਰੀਆ ਸਰੀਰ ਹੈ, ਆਹ ਪੈਰਾਂ ਦੇ ਕਦੀ ਸੁੱਖਾਂ ਦੀ ਪਵਿੱਤੜੀ, ਆਹ ਪੈਰਾਂ ਦੇ ਮਾਰੀਆਂ ਹੋਈਆਂ ਟੇਪਾਂ। ਇੱਕ ਤੇ ਇੱਕ ਵੱਧ ਜਰੀਲਾ, ਇੱਕ ਤੇ ਇੱਕ ਵੱਧ ਨਖੀਲਾ, ਔਰ ਦੋ ਨੰਬਰ ਵਾਲਾ ਕਹਿੰਦਾ ਮੈਂ ਡੱਕਣ ਦੀ ਕੋਸ਼ਿਸ਼ ਕਰਦਾ। ਚੱਲ ਵੀ ਨੀਲਾ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਤੇ ਬਹੁਤੇ ਬੰਦੇ ਹੁੰਦੇ ਧਰਤੀ ਦਾ ਭਾਰ ਚੱਕਦੇ, ਰੋਜ਼ ਰੋਜ਼ ਨਹੀਂ ਆਉਂਦੇ ਫਨਕਾਰ ਜੱਗਦੇ। ਆਓ ਸਾਡੇ ਇਲਾਕਾ ਸਰਾਬ ਉਹਨਾਂ ਮਾਪਿਆਂ ਨੂੰ ਜਿਹਨੇ ਜੰਮ ਛੱਡੇ ਕਬੱਡੀ ਦੇ ਸਟਾਰ ਜੱਗਦੇ। ਇਹ ਸਟਾਰ ਕਬੱਡੀ ਦੇ ਬੱਲੇ ਬੱਲੇ ਕਰਵਾਉਂਦੇ ਆ, ਅੱਤ ਕਰਾਉਂਦੇ ਆ, ਸੁਰਾ ਕਰਾਉਂਦੇ ਆ, ਅਗਲੇ ਪਾਸੇ ਸਾਡੇ ਕਰਾਉਂਦੇ ਆ। ਬਾਬਾ ਜੀ ਸੱਜਿਆ ਹੋਇਆ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਮੇਲਾ। ਅਗਲੇ ਪਾਸੇ ਕਬੱਡੀ ਪਾਉਣ ਦੇ ਵਾਸਤੇ ਆਓ ਚੁੱਟੀ ਨਿਕਲ ਵਾਲਾ ਵੱਧ ਗਿਆ ਮੇਰੇ ਮਿੱਤਰ ਜਾਫੀ ਚਾਰ ਅਸਤਾਰ ਨਦੀਨ ਸਾਹਿਬ ਜੀ। ਇਹ ਅੱਖ ਟਿੱਕੀ ਹੋਈ ਆ, ਪਰ ਰੈਫਰੀ ਦਾ ਫੈਸਲਾ ਅਟਲ ਹੋਣਾ ਹੈ। ਜਿਹਦੇ ਵੱਲ ਇਸ਼ਾਰਾ ਨੰਬਰ ਉਹਦੇ ਵੱਲ ਹੋਣਾ, ਰੈਫਰੀ ਦਾ ਫੈਸਲਾ ਅਟਲ ਹੋਣਾ, ਜਿਹਦੇ ਵੱਲ ਇਸ਼ਾਰਾ ਨੰਬਰ ਉਹਦੇ ਵੱਲ ਹੋਣਾ ਮੇਰੇ ਮਿੱਤਰ। ਅਗਲੇ ਪਾਸੇ ਆਓ ਕਮਰ ਕਬੱਡੀ ਪਾ ਰਿਹਾ। ਚੱਲ ਕਮਰੇ ਥੋੜਾ ਝੁੱਕ ਜਾ ਤੇ ਦੋ ਦੋ ਕੌਡੀਆਂ ਪਾ ਦੇ, ਮਸਲਾ ਬਣ ਗਿਆ ਅਣਖਾਂ ਦਾ। ਆਓ ਕਮਰਾ ਪੱਟਾਂ ਦਾ ਜ਼ੋਰ ਵਿਖਾ ਦੇ, ਇਸ ਟਾਈਮ ਕਹਿੰਦੇ ਕਮਰ ਵਧਿਆ ਹੋਇਆ। ਆਓ ਪਹਿਲੇ ਚੋਟੀ ਦੀ ਜਾ ਫੈਨ ਬੱਲੇ ਬੱਲੇ ਬੱਲੇ, ਪਰ ਕਮਰ ਕਹਿੰਦਾ ਜਿੱਤ ਕੇ ਹੀ ਜਾਣਾ, ਮੈਂ ਤਾਂ ਜਾਣਾ ਨਹੀਂ ਹੈ ਹਾਰ ਕੇ। ਆਓ ਜਿੱਤ ਕੇ ਹੀ ਜਾਣਾ, ਮੈਂ ਤਾਂ ਜਾਣਾ ਨਹੀਂ ਹੈ ਹਾਰ ਕੇ। ਅਗਲੇ ਪਾਸੇ ਫਿਰ ਅਗਲੇ ਨਾਲ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਚਾਰਾਂ ਜਾਫੀਆਂ ਦੇ ਵਿਚਾਰੇ ਵਧਿਆ ਚਾਰ ਦੇ ਪਿਆਰ ਅਗਰ ਪਿਆਰ ਇਸ਼ਾਰਾ ਕੇ ਨੰਬਰ ਹੋ ਗਿਆ। ਇਸ ਟਾਈਮ ਰੇਟਰ ਦੇ ਖਾਤੇ ਚੱਲ ਵੀ ਮਲੰਗ ਹਸਨੈਨ ਸਾਰੇ ਆਪਣਾ ਕਬੱਡੀ ਤੈਨੂੰ ਰੱਬ ਦੀਆਂ ਰੱਖਾ ਕਿ ਕੋਈ ਬੋਲੀ ਕਰਨਾ ਮੈਂ ਆ ਗਿਆ ਮੈਦਾਨ ਵਿੱਚ। ਆਓ ਬੰਦੇ ਜਿਹੜੇ ਜੁਰੇ ਜਾਗੀ ਐਡੇ ਵੱਡੇ ਸਾਹਣ ਵਿੱਚ, ਆਓ ਖਾਨ ਕਹਿੰਦੇ ਕੰਮ ਵੱਡੇ ਕਰਦਾ ਕੱਦ ਛੋਟਾ, ਆਓ ਕੰਮ ਵੱਡੇ ਆ ਚੰਗੇ ਆਪਾਂ ਨੀ ਬਥੇਰੀ ਖਾਤੇ। ਆਓ ਜਿੱਤ ਵਾਲੇ ਵੱਡੇ ਆਪਣੇ ਨੰਬਰ ਹੋ ਗਿਆ ਮਲਕ ਹਸਨੈਨ ਦੇ ਖਾਤੇ ਨੰਬਰ ਹੋ ਗਿਆ ਇਸ ਟਾਈਮ ਰੇਡਰ ਦੇ ਖਾਤੇ। ਚੱਲ ਵੀ ਨੀਲਿਆ ਪਾ ਕਬੱਡੀ ਬੱਲੇ ਬੱਲੇ ਕਰਵਾਉਣ ਦੇ ਵਾਸਤੇ ਨੀਲਾ ਵਧਿਆ, ਬੋਲ ਕੇ ਸੁੱਕਾਂ ਵਿੱਚ ਬਿੱਤੜੀ ਮਾਰੀ ਹੋਈ ਆ। ਆ ਨੀਲਿਆ ਉਸਤਾਦ ਨੀ ਯਾਰਾ ਤੱਕਦਾ, ਨਹੀਂ ਤਾਂ ਇੱਥੋਂ ਭੱਜ ਕੇ ਜਾਣਾ ਪੈਣਾ, ਇੱਥੇ ਭੱਜ ਕੇ ਜਾਣਾ।
ਬਾਈ ਨਦੀਮ ਸਾਹਿਬ ਨੂੰ ਮੁਬਾਰਕਾਂ ਨੇ, ਅਫਜ਼ਾਲ ਗੁਜਰ ਨੂੰ ਮੁਬਾਰਕਾਂ ਨੇ, ਅਨਵਰ ਗੁਜਰ ਨੂੰ ਮੁਬਾਰਕਾਂ ਨੇ, ਅਰਸਲਾਮ ਦਰਬਾਰਾ ਗੁਜਰ ਨੂੰ ਮੁਬਾਰਕਾਂ ਨੇ, ਕਿਉਂਕਿ ਮੇਲਾ ਸਫਲ ਹੈ ਮੇਰੇ ਮਿੱਤਰੋ। ਔਰ ਚੋਟੀ ਦਾ ਮੇਲਾ ਤਰ੍ਹਾਂ ਜੱਟ ਕਬੱਡੀ ਪਾ ਰਿਹਾ, ਜੱਟ ਬੜੀ ਮਾਰਦਾ ਹੈ। ਉਧਰਲੇ ਪਾਸੇ ਸਫਿਆਨ ਕੋਚ ਨਾਲ ਟੱਕਰ, ਔਰ ਨੰਬਰ ਹੋ ਗਿਆ ਤਲਹਾ ਜੱਟ ਦੇ ਖਾਤੇ, ਨੰਬਰ ਹੋ ਗਿਆ ਤਲਹਾ ਦੇ ਖਾਤੇ। ਚੱਲ ਵੀ ਅਗਲੇ ਕਬੱਡੀ ਪਾਉਣ ਦੇ ਵਾਸਤੇ ਕਬਰ ਸੋਹਣਿਆ ਪਾ, ਕਬੱਡੀ ਬੱਲੇ ਬੱਲੇ ਕਰਵਾਉਣ ਦੇ ਵਾਸਤੇ ਕਬਰ ਵਧਿਆ ਹੋਇਆ, ਬੱਲੇ ਬੱਲੇ ਕਰਵਾਉਣ ਦੇ ਵਾਸਤੇ ਕਿ ਤਾਗਿਆ ਤਵੀਤਾ ਨਾਲ ਨਾ ਹੀ ਕਿਸਮਤ ਬਦਲੇ, ਔਰ ਰੁਤਬੇ ਦੇ ਨਾਲ ਹੀ ਤਹਾਸਾਂ ਵਿੱਚ ਨਾਮ ਆਉਂਦੇ ਨੇ। ਔਰ ਬਾਡਰਾਂ ਤੇ ਡੇਢ ਗੁਲ ਰਾਖੀਆਂ ਜੋ ਪੱਬ ਜੀ ਤੇ ਬੰਦਾ ਮਾਰ ਸੌਂਦੇ ਨੇ, ਕਨੇਰ ਵਾਲਿਆ ਉਹ ਮਹੀਨਾ ਚਲੇ ਚੜੇ ਜੂਦਾ ਅਗਲੇ ਪਾਸੇ। ਆਖਰੀ ਸੈਕਟਾਂ ਦੇ ਉੱਤੇ ਨੰਬਰ ਆਸ਼ਮ ਜਾਫੀ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ। ਬੱਚੀ ਬੱਚੀ ਆ ਗਿਆ, ਇਹ ਆ ਕਹਿੰਦੇ ਹਸਨੈਨ ਮੇਰੇ ਮਿੱਤਰੋ, ਮੋਟਾ ਬਣਾਇਆ ਹੋਇਆ ਸਰੀਰ, ਸੋਹਣੇ ਬਣਾਏ ਹੋਏ ਪਿੰਡੀਆਂ ਪਾਟਾ, ਕਿ ਇੱਕ ਇੱਕ ਪੱਟ ਤੇਰਾ ਸਦਾ ਸਦਾ ਮੰਨਦਾ, ਆਉਂਦਾ ਇਹ ਮੈਦਾਨਾਂ ਵਿੱਚ ਇੱਕ ਜਦੋਂ ਤਾਂਦਾ। ਅਗਲੇ ਪਾਸੇ ਅਲੀ ਖਾਨ ਲੱਗ ਗਿਆ, ਅਲੀ ਖਾਨ, ਅਲੀ ਖਾਨ, ਅਲੀ ਖਾਨ ਦੇ ਮਤਲਬ ਹਸਨੈਨ, ਅਲੀ ਖਾਨ ਬੱਲੇ 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 ਡਾਕਟਰ ਮਾਜਰ ਕਸੋਵਾਲੀਆ ਗੁੱਜਰ ਸਾਹਿਬ, ਨੰਬਰ ਬਦਰੀ ਗੁੱਜਰ ਸਾਹਿਬ, ਉਹਨਾਂ ਦੇ ਵੱਲੋਂ ਕਲੇਰਾਂ ਨਾਲ ਪਿਆਰ ਪ੍ਰੀਤ ਸਾਂਝੀ ਕੀਤੀ ਜਾ ਰਹੀ ਹੈ। ਔਰ ਸਾਡੇ ਉੱਚੇ ਤੋਂ ਸੁੱਚੇ ਮਹਿਮਾਨ ਹੈ, ਸਾਡੇ ਭਰਾ ਹੈ, ਅੱਲਾ ਪਾਕ ਸਲਾਮਤ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਅਗਲੇ ਪਾਸੇ ਮੈਚ ਦਾ ਹਾਫ ਅੰਦਰਲੇ ਪਾਸੇ ਹਾਫ ਸਮੇਂ ਦੀ ਖੇਡ ਫਿਰ ਖੇਡ ਮੈਦਾਨ ਦੇ ਜਾਰੀ ਹੈ, ਕਿ ਹੱਥ ਜੋੜ ਮੱਥਾ ਦੇ ਕੇ ਪਹਿਲੀ ਗੇੜ ਪਾਈ ਹੋਵੇ, ਔਰ ਗੇੜ ਪੈਂਦੀ ਵੇਖਦਾਰੀ ਲੋਕਾਂ ਨੇ ਵਜਾਈ ਹੋਵੇ, ਫਿਰ ਦਿਲ ਗੱਭਰੂਗਾ, ਉਰਜੂ ਉਰਜੂ ਕਰਦਾ ਆਉਣ ਲੈ ਕੇ ਨੰਬਰ ਜਦੋਂ ਹੱਥਾਂ ਬਖਰਦਾ। ਅਗਲੇ ਪਾਸੇ ਕਬੱਡੀ ਕਹਿੰਦੇ ਮੁੰਡੇ ਦੀ ਪੈਰ ਰਹੀ ਹੈ, ਔਰ ਜਾਫੀ ਬੱਲੇ ਬੱਲੇ ਕਰਵਾਉਣ ਦੇ ਵਾਸਤੇ ਟੁੱਟ ਕੇ ਲੱਗਿਆ ਜਗੈਰ ਚੌਹਾਨ, ਚੌਹਾਨ ਪਰਿਵਾਰ ਦਾ ਮੁੰਡਾ, ਜਾਫੀ ਦੇ ਖਾਤੇ ਜਾ ਚੜਿਆ, ਸਫਲਤਾ ਇਸ ਟਾਈਮ ਜਾਫੀ ਦੇ ਖਾਤੇ ਆ। ਅਗਲੀ ਕਬੱਡੀ
ਪਾਉਣ ਦੇ ਵਾਸਤੇ ਫਿਰ ਮੁੰਡਾ ਹਲਕੇ ਹਲਕੇ ਕਦਮੀ ਚਾਰਾਂ ਜਾਫੀਆਂ ਦੇ ਵਿਚਾਲੇ ਵਧਿਆ ਹੋਇਆ। ਚੱਲ ਮੁੰਡਿਆ ਭਾ ਕਬੱਡੀ ਤੈਨੂੰ ਰੱਬ ਦੀਆਂ ਰੱਖਾਂ, ਚਿੱਟੇ ਰੰਗ ਦੀ ਨਿੱਕਰ ਪਾਈ ਹੋਈ ਆ, ਸੋਹਣਾ ਬਣਾਇਆ ਹੋਇਆ ਸਰੀਰ ਆ, ਬੱਲੇ ਬੱਲੇ ਕਰਵਾ ਰਿਹਾ ਮੇਰਾ ਖੇਲ ਮੈਦਾਨ ਅੰਦਰ ਹੌਸਲੇ ਪਾਸੇ ਕੰਨੀਆਂ ਦਾ ਗੱਭਰੂ ਹਾਏ ਕੁੱਤਾ ਚੱਕਣ ਦੀ ਟਰਾਈਆਂ ਕਰਦਾ ਕੋਸ਼ਾ ਕਰਦਾ ਇਹ ਆ ਕਹਿੰਦੇ ਖਾਨ 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 ਬੱਲੇ 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 ਨੰਬਰ ਰੇਟਰ ਦੇ ਖਾਤੇ ਜਾ ਜੁੜਿਆ ਇਸ ਟਾਈਮ ਕਹਿੰਦੇ ਨੰਬਰ ਇਸ ਟਾਈਮ ਰੇਟਰ ਦੇ ਖਾਤੇ ਜਾ ਜੁੜਿਆ ਮੇਰੇ ਮਿੱਤਰੋ। ਚੱਲ ਵੀ ਅਗਲੇ ਕਬੱਡੀ ਕਰਨ ਦੇ ਵਾਸਤੇ ਮੁੰਡਾ ਰਾਣਾ ਅਹਿਮਦ ਵਧਿਆ ਹੋਇਆ ਰਾਣੇ ਅਹਿਮਦ ਦੀ ਕਬੱਡੀ ਆ ਜਾਂ ਫਿਰ ਚਾਰ ਚਾਰ ਨੇ ਚਾਰੇ ਵਰ ਪਿਆਰ ਨੇ ਇਹ ਜਾਤ ਪਾਤ ਦੀ ਗੱਲ ਨਾ ਕਰ ਤੂੰ ਹਰ ਜਾਤ ਦੇ ਮਿੱਟੀ ਤੂੰ ਨਹੀਂ ਮਿੱਟੀ ਜਾਤ ਸਿਰਫ ਦਿਵਾ ਦੀ ਮਿੱਟੀ ਬਾਕੀ ਸਭ ਕੁਛ ਮਿੱਟੀ ਮਿੱਟੀ ਅਗਲੇ ਪਾਸੇ ਨੰਬਰ ਹੋ ਗਿਆ ਇਸ ਟਾਈਮ ਰੇਟਰ ਦੇ ਖਾਤੇ ਔਰ ਸਾਡੇ ਉਤਲੇ ਮੈਚ ਦੇ ਜਿਹੜੇ ਮਹਿਮਾਨ ਖੁਸ਼ੀ ਸਾਡੇ ਇਸ ਵਾਲੇ ਭੱਗਾਂ ਵਾਲੇ ਲੱਜਾਂ ਵਾਲੇ ਕਰਮਾਂ ਵਾਲੇ ਇਸੇ ਇਲਾਕੇ ਦਾ ਵੱਡਾ ਉੱਚਾ ਦੇ ਸੋਚਾ ਨਾਮ ਹੈ ਚੌਧਰੀ ਸ਼ਰੀਰ ਲਾਲ ਗੁੱਜਰ ਸਾਹਿਬ ਗੁੱਜਰ ਵਿਰਾਟ ਜੀ ਦਾ ਮਾਣ ਕਰੋ ਮਿੱਤਰੋ ਇਸ ਟਾਈਮ ਸਾਡੇ ਕੋਲ ਆਸਟੇਜ ਤੇ ਦੋ ਵੱਡੇ ਮਿੰਟ ਦੇ ਵਿੱਚ ਪਹੁੰਚਣ ਦੇ ਚੌਧਰੀ ਸ਼ਰੀਰ ਲਾਲ ਗੁੱਜਰ ਸਾਹਿਬ ਗੁੱਜਰ ਪਰਿਵਾਰ ਦਾ ਮਾਣ ਹੈ ਅਗਲੇ ਪਾਸੇ ਕਬੱਡੀ 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 ਆਓ 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 ਇਹ ਕੰਮ ਖਰਾਬ ਹੈ ਇਹ ਕੰਮ ਨਹੀਂ ਕਰਨਾ ਕੰਮ ਬੜਾ ਖਰਾਬ ਹੋ ਜਾਣਾ ਆਓ ਨੰਬਰ ਹੋ ਗਿਆ ਇਸ ਸਮੇਂ ਰੇਟਰ ਦੇ ਖਾਤੇ ਚੱਲ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਫਿਰ ਹਰਕਲ ਦੇ ਕਦਮੀ ਵਧਿਆ ਹੋਇਆ ਜਾਫੀ ਚਾਰ ਤਿਆਰ ਵਰ ਤਿਆਰ ਜਦੋਂ ਅਗਲੇ ਦੀ ਧੁੱਪ ਵਰਗੀ ਆਓ ਸਾਨੂੰ ਯਾਰੀਆਂ ਵੀ ਸ਼ਾਹ ਨਖਰੇ ਤੇਰੀ ਕੱਲੀ ਰੀਲ ਚੱਲ ਗਈ ਆਓ ਸਾਡਾ ਚੱਲਦਾ ਆ ਨਾ ਨਖਰੇ ਅਗਲੇ ਪਾਸੇ ਚੌਧਰੀ ਸਮੀਰ ਲਾਲ ਗੁੱਜਰ ਸਾਹਿਬ ਸਾਡੇ ਕੋਲ ਪਹੁੰਚ ਗਏ ਆ ਇੱਧਰ ਬੰਦੇ ਆਓ ਫਾਰਕ ਦੀ ਬਾਹਰੀ ਤਾਰ ਨਾਲ ਆਈ ਹੋਈ ਆ ਸਾਡੇ ਭਰਾ ਦਾ ਨਾਮ ਹੈ ਇਲਾਕੇ ਦੇ ਵਿੱਚ ਨਾਮ ਹੈ ਚੌਧਰੀ ਸਮੀਰ ਲਾਲ ਗੁੱਜਰ ਸਾਹਿਬ ਸਾਡੇ ਕੋਲ ਗਰਾਊਂਡ ਵਿੱਚ ਪਹੁੰਚ ਗਏ ਆ ਗਰਾਊਂਡ ਤੋਂ ਖੁਸ਼ ਸ਼ਬਦੀ ਦੇ ਸਭ ਬਿਸਮਿਲਾ ਆਇਆ ਨਾ ਤੁਸੀਂ ਪਿਆਰ ਸਿੱਖਣੇ ਪਾਏ ਨੇ ਸਭ ਬਿਸਮਿਲਾ ਸਾਡੇ ਕੋਲ ਸਟੇਜ ਤੇ ਪਹੁੰਚ ਗਿਆ ਸਾਡਾ ਭਰਾ ਸਾਡੇ ਕੋਲ ਪਹੁੰਚ ਗਿਆ ਅਗਲੇ ਪਾਸੇ ਚੌਧਰੀ ਸ਼ਰੀਰ ਲਾਲ ਗੁੱਜਰ ਸਾਹਿਬ ਹੈ ਕਬੱਡੀ ਦੇਖਦੇ ਮੁੰਡੇ ਜੀ ਬੱਲੇ ਬੱਲੇ ਕਰਵਾਉਣ ਦੇ ਵਾਸਤੇ ਮੁੰਡਾ ਵਧੀਆ ਜਾਫੀ ਚਾਰ ਬੰਨੇ ਤੇ ਬੰਨੇ ਤਿਆਰ ਹੈ ਬੱਲੇ 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 ਅਗਲੇ ਪਾਸੇ ਆਓ ਕਮਾਲ ਹੈ ਮੇਰੇ ਮਿੱਤਰੋ ਆਓ ਸਿਰਾ ਹੈ ਮੇਰੇ ਮਿੱਤਰੋ ਆਓ ਤਾਰ 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 ਹੈਗੀ ਮੇਰੇ ਮਿੱਤਰੋ ਅਲੀ ਖਾਨ ਆਪਣੀ ਟੀਮ ਦੇ ਵਾਸਤੇ ਲੱਖਾਂ ਜੇ ਕਰਦਾ ਹੋਇਆ ਪੁਆਇੰਟ ਦਾ ਵਾਧਾ ਔਰ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਚੌਧਰੀ ਸਮੀਰ ਲਾਲ ਗੁੱਜਰ ਸਾਹਿਬ ਪੰਜਾਬੀ ਮਿੱਠੇ ਬੋਲਾਂ ਤੇ ਖੁਸ਼ ਹੋ ਕੇ 500 ਰੁਪਏ ਦੇ ਵੱਡੇ ਮਾਣ ਸੇਵਾ ਪੂਜਦੇ ਕੀਤੀ ਹੈ ਚੌਧਰੀ ਸਮੀਰ ਲਾਲ ਗੁੱਜਰ ਸਾਹਿਬ ਸਾਡੇ ਸਟੇਜ ਦਾ ਹਰ ਕੋਈ ਸ਼ਿੰਗਾਰ ਬਣੇ ਹੋਏ ਆ ਗੁੱਜਰ ਪਰਿਵਾਰ ਦਾ ਉੱਚਾ ਸੁੱਚਾ ਨਾਮ ਚੌਧਰੀ ਸਮੀਰ ਲਾਲ ਗੁੱਜਰ ਸਾਹਿਬ ਸਾਡੇ ਕੋਲ ਸਟੇਜ ਤੇ ਪਹੁੰਚ ਗਏ ਆ ਬਾਲੇ ਪਿਆਰੇ ਵੀਰਾ ਆਪਣੇ ਆਉਂਦਾ ਪੱਕਾ ਔਰ ਸੱਚਾ ਸਬੂਤ ਦਿੱਤਾ ਵੈਲਕਮ ਆਖਦੇ ਹਾਂ ਖੁਸ਼ ਆਮਦੀ ਦੱਸਦੇ ਹਾਂ ਚੌਧਰੀ ਸਮੀਰ ਲਾਲ ਗੁੱਜਰ ਸਾਹਿਬ ਚੜ੍ਹਦੀ ਕਲਾ ਚੜ੍ਹਦੀ ਪ੍ਰੇਸ ਦਾ ਸਾਡਾ ਭਰਾ ਚੌਧਰੀ ਸਮੀਰ ਲਾਲ ਗੁੱਜਰ ਸਾਹਿਬ ਸਾਡੇ ਕੋਲ ਸਟੇਜ ਤੇ ਪਹੁੰਚ ਗਏ ਆ ਅਬਦੁਲ ਦੇ ਭਾਸ਼ੇ ਅਬਦੁਲ ਰਹਿਮਾਨ ਕਹਿੰਦੇ ਆਓ ਤਾਰ ਤਾਰ ਫਾਬੀਆਂ ਮਾਰੀ ਆਉਂਦਾ ਅਬਦੁਲ ਰਹਿਮਾਨ ਰਾਣਾ ਅਹਿਮਦ ਤਾਰ ਤਾਰ ਫਾਬੀਆਂ ਮਾਰੀ ਆਉਂਦਾ ਬੱਲੇ ਬੱਲੇ ਕਰਵਾਈ ਆਉਂਦਾ ਸੁਰੇ ਕਰਾਈ ਆਉਂਦਾ ਆਪਣੀ ਟੀਮ ਦੇ ਵਾਸਤੇ ਲੱਖਾਂ ਦੇ ਪੁਆਇੰਟ ਦਾ ਵਾਧਾ ਕਰਦਾ ਉਤਲੇ ਉਤਲੇ ਪਾਸੇ ਬਾਈ ਰੈਫਰੀ ਦਾ ਫੈਸਲਾ ਕੱਲ ਹੋਣਾ ਰੈਫਰੀ ਦਾ ਫੈਸਲਾ ਬਾਈ ਇਹ ਕੱਲ ਹੋਣਾ ਜਿਹਦੇ ਵੱਲ ਇਸ਼ਾਰਾ ਨੰਬਰ ਉਹਦੇ ਵੱਲ ਹੋਣਾ
ਬਹੁਤ ਸ਼ੁਕਰੀਆ ਅਦਾ ਕਰਦੇ ਸਾਰੇ ਪ੍ਰਬੰਧਕ ਕਮੇਟੀ ਦਾ, ਆਉਣ ਵਾਲੇ ਸਾਰੇ ਭਰਾਵਾਂ ਦਾ, ਆਉਣ ਵਾਲੇ ਸਾਰੇ ਪ੍ਰੇਮੀਆਂ ਦਾ, ਸਾਰੇ ਮਿੱਤਰਾਂ ਸੱਜਣਾ ਬੇਲੀਆਂ ਦਾ ਧੰਨਵਾਦ ਕਰਦੇ ਹਾਂ ਤਹਿ ਦਿਲ ਤੋਂ। ਡਾਕਟਰ ਬਾਜਦ ਪੱਸੋ ਵਾਲੀਆ ਗੁੱਜਰ ਸਾਹਿਬ, ਮੁਨੱਵਰ ਬਬਰੀ ਗੁੱਜਰ ਸਾਹਿਬ, ਚੌਧਰੀ ਸਮੀਉੱਲਾ ਗੁੱਜਰ ਸਾਹਿਬ ਔਰ ਚੌਧਰੀ ਜਵੇਦ ਜਮਾਤੀ ਸਾਹਿਬ, ਜਿਹੜੇ ਸਾਡੇ ਕੋਲ ਥੋੜ੍ਹੀ ਦੇਰ ਤੋਂ ਬਾਅਦ ਗਰਾਊਂਡ ਦੇ ਵਿੱਚ ਪੁੱਜਦੇ ਹੋਣਗੇ। ਚੌਧਰੀ ਜਵੇਦ ਜਮਾਤੀ ਸਾਹਿਬ ਸਾਡੇ ਭਰਾ, ਥੋੜ੍ਹੀ ਦੇਰ ਤੋਂ ਬਾਅਦ ਸਾਡੇ ਕੋਲ ਗਰਾਊਂਡ ਦੇ ਵਿੱਚ ਪੁੱਜਦੇ ਹੋਣਗੇ। ਅਗਲੇ ਪਾਸੇ ਕਬੱਡੀ ਪਾ ਰਿਹਾ ਮੁੰਡਾ, ਆਜ਼ਾਦ ਕੱਟੀ, ਆਜ਼ਾਦ ਕੱਟੀ, ਆਜ਼ਾਦ ਕੱਟੀ, ਮਲਕ ਹਸਨੈਨ ਵਧਿਆ ਹੋਇਆ, ਮਲਕ ਪਰਿਵਾਰ ਦਾ ਹੈ, ਇਹ ਕਹਿੰਦਾ ਚੋਟੀ ਦਾ ਮਾਲਾ ਹੈ, ਉਹ ਸਿਰੇ ਦੀ ਟੱਕਰ ਹੈ। ਚੱਲ ਮਲਕ ਸੋਹਣਿਆ ਪਾ ਕਬੱਡੀ, ਤੈਨੂੰ ਰੱਬ ਦੀਆਂ ਰੱਖਾ। ਅਗਲੇ ਪਾਸੇ ਸੁਫਿਆਨ ਕੋਜਨਾ ਟੱਕਰ, ਪਰ ਨੰਬਰ ਕਹਿੰਦੇ ਆਸ਼ਾ ਨੇ ਮਲਕ ਹਸਨੈਨ ਦੇ ਖਾਤੇ ਜਾ ਗਿਆ, ਨੰਬਰ ਆਸ਼ਾ ਨੇ ਮਲਕ ਹਸਨੈਨ ਦੇ ਖਾਤੇ ਜਾ ਗਿਆ ਮੇਰੇ ਮਿੱਤਰੋ। ਅਗਲੇ ਪਾਸੇ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਹਲਕੇ ਹਲਕੇ ਤਕਨੀ ਵਧਿਆ ਹੋਇਆ, ਰਾਣਾ ਅਹਿਮਦ ਨਾਮ ਹੈ। ਅਗਲੇ ਪਾਸੇ ਕੰਨੀ ਵਾਲੇ ਕਬੱਡੀ ਨਾਲ ਟੱਕਰ ਹੈ, ਹਾਉ ਭਰ ਲਿਆ ਲਾਗੇ, ਵੱਜ ਗਿਆ ਰੋਕਰੀਆ ਤਾਰਾ, ਅਗਲੇ ਪਾਸੇ ਫਿਰ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਹਲਕੇ ਹਲਕੇ ਕਦਮੀ ਚਾਰਾਂ ਜਾਫੀਆਂ ਦੇ ਵਿਚਾਲੇ ਵਧਿਆ, ਬੱਲੇ ਬੱਲੇ ਕਰਵਾਉਣ ਦੇ ਵਾਸਤੇ ਵਧਿਆ। ਆਓ ਕੰਨੇ ਉਧਰਲੇ ਪਾਸੇ ਕੰਨੀ ਵਾਲੇ ਗੱਭਰੂ ਨਾਲ ਟੱਕਰ, ਆਓ ਟੱਕਰ ਹੋ ਗਈ ਪਰ ਨੰਬਰ ਹੋ ਗਿਆ ਰੇਡਰ ਦੇ ਖਾਤੇ। ਚੱਲ ਵੀ ਉਹਨਾਂ ਕਬੱਡੀ ਪਾਉਣ ਦੇ ਵਾਸਤੇ ਫਿਰ ਮੁੰਡਾ ਹਲਕੇ ਹਲਕੇ ਕਦਮੀ ਵਧਿਆ ਹੋਇਆ, ਮੁੰਡੇ ਦਾ ਹੱਥ ਕਰੀ ਜਾਂਦਾ, ਆਪਣੀ ਉਮਰ ਨਾਲੋਂ ਵੱਧ ਕਰੀ ਜਾਂਦਾ। ਅਗਲੇ ਪਾਸੇ ਚੌਧਰੀ ਸਮੀਉੱਲਾ ਗੁੱਜਰ ਸਾਹਿਬ, ਆਹ ਮੁੰਡੇ ਦੀ ਖੇਡ ਦੇਖ ਕੇ ਬੜਾ ਵਧੀਆ ਖੇਡਦਾ, ਬੱਲੇ ਬੱਲੇ ਹੋ ਰਹੀ ਆ ਪਰ ਵਾਲਾ ਸੁੱਕਾ ਨਹੀਂ।